ਸ਼੍ਰੀ ਗੀਤਾ ਭਵਨ ਕਮੇਟੀ ਦੁਆਰਾ ਸਮੂਹ ਸ਼ਰਧਾਲੂਆਂ ਦੇ ਵਿਸ਼ੇਸ਼ ਸਹਿਯੋਗ ਨਾਲ ਸਥਾਨਕ ਸ਼੍ਰੀ ਗੀਤਾ ਭਵਨ ਵਿਖੇ ਗੋਵਰਧਨ ਪੂਜਾ ਸ਼ਰਧਾ ਪੂਰਵਕ ਕਰਵਾਈ ਗਈ, ਜਿਸ ਵਿੱਚ ਪੂਜਨ ਦੀ ਰਸਮ ਰਾਕੇਸ਼ ਕੁਮਾਰ ਲਹਿਰੀ ਦੇ ਪਰਿਵਾਰ ਦੁਆਰਾ, ਜੋਤੀ ਪ੍ਰਚੰਡ ਦੀ ਰਸਮ ਉਦੇ ਕੁਮਾਰ ਬੰਗੀ, ਆਰਤੀ ਦੀ ਰਸਮ ਸੰਗੀਤ ਗਰਗ ਮੈਂਗਲ ਰਾਮ ਲਹਿਰੀ ਪ੍ਰਧਾਨ ਅਤੇ ਸ਼੍ਰੀ ਰਾਧਾ ਰਾਣੀ ਯਾਤਰਾ ਸੰਘ ਰਾਮ ਦੁਆਰਾ ਨਿਭਾਈ ਗਈ। ਇਸ ਦੌਰਾਨ 56 ਭੋਗ ਦਾ ਪ੍ਰਸ਼ਾਦ ਪ੍ਰਬੰਧ ਉਜਵਲ ਗਰਗ ਦੇ ਪਰਿਵਾਰ ਦੁਆਰਾ ਕੀਤਾ ਗਿਆ। ਇਸ ਮੌਕੇ ਰਸਮਾਂ ਨਿਭਾਉਣ ਵਿੱਚ ਸ਼੍ਰੀ ਗੀਤਾ ਭਵਨ ਪੁਜਾਰੀ ਕੈਲਾਸ਼ ਚੰਦ ਕੌਸ਼ਿਕ ਬਰਸਾਨਾ ਵਾਲਿਆਂ ਨੇ ਸਹਿਯੋਗ ਦਿੱਤਾ। ਇਸ ਮੌਕੇ ਪੁਜਾਰੀ ਕੈਲਾਸ਼ ਚੰਦ ਕੌਸ਼ਿਕ ਬਰਸਾਨਾ ਵਾਲਿਆਂ ਨੇ ਪ੍ਰਵਚਨ ਕਰਦੇ ਕਿਹਾ ਕਿ 7 ਕੋਸ਼ ਵਾਲੇ ਗੋਵਰਧਨ ਦੀ ਪੂਜਾ ਕਰਨ ਨਾਲ ਕਸ਼ ਦੂਰ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਪ੍ਰਾਚੀਨ ਕਾਲ ਵਿੱਚ ਬ੍ਰਿਜ ਭੂਮੀ ਦੀ ਇੰਦਰ ਦੀ ਪੂਜਾ ਹੁੰਦੀ ਸੀ। ਇੰਦਰ ਦੀ ਪੂਜਾ ਨੂੰ ਛੱਡ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਗੋਵਰਧਨ ਦੀ ਪੂਜਾ ਕਰਵਾਈ। ਇੰਦਰ ਦੇਵਤਾ ਇਸ ਪੂਜਾ ਨੂੰ ਛੱਡਣ ਕਾਰਨ ਕਰੋਪ ਹੋ ਗਏ। ਇਸ ਕਰੋਪੀ ਕਾਰਨ ਬਹੁਤ ਸਾਰੀ ਵਰਖਾ ਹੋਈ। ਭਗਵਾਨ ਸ਼੍ਰੀ ਕ੍ਰਿਸ਼ਨ ਸਾਰੇ ਬ੍ਰਿਜ ਵਾਸੀਆਂ ਦੀ ਰੱਖਿਆ ਲਈ ਗੋਵਰਧਨ ਪਰਬਤ ਨੂੰ ਆਪਣੀ ਚੀਚੀ ਉਂਗਲੀ ਨਾਲ ਚੱਕ ਕੇ ਸਮੂਹ ਬ੍ਰਿਜ ਵਾਸੀਆਂ ਦੀ ਰੱਖਿਆ ਕੀਤੀ। ਉਸ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਗੋਵਰਧਨ ਮੇਰੇ ਹਿਰਦੇ ਵਿੱਚ ਹੈ, ਜੋ ਵੀ ਸ਼ਰਧਾਲੂ ਗੋਵਰਧਨ ਦੀ ਪੂਜਾ ਕਰੇਗਾ ਉਸਦੇ ਘਰ ਅੰਨ ਦਾਨ ਦੁੱਧ ਅਤੇ ਪੁੱਤ ਦੀ ਬਰਕਤ ਹੋਵੇਗੀ। ਇਸ ਉਪਰੰਤ 7 ਪੋਸ਼ ਵਾਲੇ ਗੋਵਰਧਨ ਦੀ ਆਏ ਹੋਏ ਸਮੂਹ ਸ਼ਰਧਾਲੂਆਂ ਵੱਲੋਂ 7 ਵਾਰੀ ਪਰਿਕਰਮਾ ਕੀਤੀ ਗਈ ਅਤੇ ਸਮੂਹ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਮੌਕੇ ਸੁਰਿੰਦਰ ਕੁਮਾਰ ਛਿੰਦਾ, ਸੈਕਟਰੀ ਤਰਸੇਮ ਚੰਦ ਸਿੰਗਲਾ, ਅਸ਼ੋਕ ਕੁਮਾਰ ਗੋਇਲ, ਅਸ਼ੋਕ ਕੁਮਾਰ ਸਿੰਗਲਾ ਸੀਨੀਅਰ, ਰਾਮ ਕੁਮਾਰ ਬੰਗੀ, ਦਵਾਰਕਾ ਦਾਸ ਨਰੰਗ, ਪ੍ਰੇਮ ਕੁਮਾਰ ਬਖਤੂ, ਓਮ ਪ੍ਰਕਾਸ਼ ਗਿਆਨਾ, ਮਨੋਹਰ ਲਾਲ, ਅਸ਼ੋਕ ਲਹਿਰੀ, ਨਰੇਸ਼ ਲਹਿਰੀ, ਸੂਰਜ ਰਤਨ, ਮਹੇਸ਼ਵਰੀ ਆਦਿ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ। ਆਜ ਸ੍ਰੀ ਗੀਤਾ ਵਨ ਰਾਮਾ ਮੇ ਗੋਵਰਧਨ ਪੂਜਾ ਕਾ ਪਰਵ ਬਹੁਤ ਬੜੀ ਸ਼ਰਧਾ ਭਕਤੀ ਹਰਸੋਲਾਸ ਔਰ ਧੂਮਧਾਮ ਕੇ ਸਾਥ ਸੰਪੰਨ ਹੁਆ। ਇਸਮੇ ਸ਼੍ਰੀ ਰਾਕੇਸ਼ ਜੀ ਲਹਿਰੀ ਇਹਨੂੰਨੇ ਆਜ 56 ਭੋਗ ਕਾ ਭੋਗ ਲਗਾਇਆ ਔਰ ਪੂਜਾ ਕੀ, ਔਰ ਸ਼੍ਰੀ ਉਦੈ ਕੁਮਾਰ ਜੀ ਬੰਗੀ ਉਹਨੇ ਜੋਤੀ ਪ੍ਰਚੰਡ ਕੀ, ਔਰ ਸ਼੍ਰੀ ਮੈਂਗਲ ਰਾਮ ਜੀ ਲਹਿਰੀ ਸੰਗੀਤ ਗਰਗ ਇਹਨੂੰਨੇ ਆਰਤੀ ਕੀ। ਸਭੀ ਕਾ ਬਹੁਤ ਬਹੁਤ ਧੰਨਵਾਦ। ਦੁਆਪਰ ਯੁਗ ਮੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੋਵਰਧਨ ਕੀ ਪੂਜਾ ਕੀ ਥੀ, ਉਸ ਸਮੇਂ ਸੇ ਇਹ ਗੋਵਰਧਨ ਪੂਜਾ ਕਾ ਕਾਰਯਕ੍ਰਮ ਅਨਵਰਤ ਚੱਲ ਰਿਹਾ ਹੈ। ਬ੍ਰਜ ਕੀ ਤਰਜ ਪਰ ਹਮਾਰੀ ਵੀ ਇਹ 17ਵੀਂ ਗੋਵਰਧਨ ਪੂਜਾ ਥੀ, ਤੋ ਬੜਾ ਮੰਡੀ ਨਿਵਾਸੀਓ ਕਾ ਸਹਿਯੋਗ ਔਰ ਗੀਤਾ ਹੋਣ ਕਮੇਟੀ ਕੇ ਸਹਿਯੋਗ ਸੇ ਇਹ ਕਾਰਯਕ੍ਰਮ ਚੱਲ ਰਿਹਾ ਹੈ। ਸੁਬਹ ਕੋ ਅੰਨਕੂਟ ਵਿਤਰਿਤ ਕੀਆ ਗਿਆ ਔਰ ਅਬ 56 ਭੋਗ ਕਾ ਭੋਗ ਲਗਾ ਕਰਕੇ ਜਿਸ ਪ੍ਰਕਾਰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਇੰਦਰ ਕੇ ਪ੍ਰਕੋਪ ਸੇ ਬ੍ਰਜਵਾਸੀਓ ਕੀ ਰਕਸ਼ਾ ਕੀ ਥੀ, ਹਮ ਪਰਮਾਤਮਾ ਸੇ ਪ੍ਰਾਰਥਨਾ ਕਰਤੇ ਹੈ ਕਿ ਹੇ ਠਾਕੁਰ ਸ਼ਿਆਮ ਸੁੰਦਰ, ਹੇ ਭਗਵਾਨ ਗੋਵਰਧਨ, ਉਸੀ ਪ੍ਰਕਾਰ ਇਸ ਮੰਡੀ ਕੇ ਉੱਪਰ ਕਿਰਪਾ ਬਣੀ ਰਹੇ ਔਰ ਜਿਸ ਪ੍ਰਕਾਰ ਵ੍ਰਿੰਦਾਵਨ ਮੇ ਦੂਧ ਕੀ ਨਦੀਆਂ ਵਹਿਤੀ ਥੀ, ਉਸੇ ਪ੍ਰਕਾਰ ਯਾ ਅੰਨ ਧਨ ਆਦਿ ਕੀ ਵ੍ਰਿਧੀ ਹੋਤੀ ਰਹੇ। ਬੋਲੋ ਗੋਵਰਧਨ ਭਗਵਾਨ ਕੀ। ਬੁਲਾ ਨਿਊਜ਼ ਲਈ ਰਾਮਾ ਮੰਡੀ ਤੋਂ ਪਰਮਜੀਤ ਲਹਿਰੀ ਦੀ ਰਿਪੋਰਟ।